22 ਦਸੰਬਰ 1666 ਈਸਵੀ ਪਟਨਾ ਸ਼ਹਿਰ ਦੀ ਪਾਵਨ ਪਵਿੱਤਰ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਹਿੰਦੁਸਤਾਨ ਦਾ ਇੱਕ ਮਹਾਨ ਫਿਲਾਸਫਰ ਗੁਰਸਾਈਂ ਤੁਲਸੀਦਾਸ ਜੀ ਨੇ 2 ਸਤਰਾਂ ਲਿਖੀਆਂ। ਉਹ ਕਹਿੰਦਾ, ਜਨਨੀ ਜਣੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਇਹਨਾਂ ਸਤਰਾਂ ਵਿੱਚ ਉਹ ਲਿਖਦਾ, ਮਾਂ ਜੇ ਪੁੱਤਰ ਨੂੰ ਜਨਮ ਦੇਣਾ ਕਿਸੇ ਭਗਤ ਨੂੰ ਜਨਮ ਦੇ, ਜੇ ਭਗਤ ਨਹੀਂ ਕਿਸੇ ਸੂਰਮੇ ਨੂੰ ਜਨਮ ਦੇ, ਜੇ ਸੂਰਮਾ ਨਹੀਂ ਤਾਂ ਕਿਸੇ ਦਾਨੀ ਨੂੰ ਜਨਮ ਦੇ, ਨਹੀਂ ਤਾਂ ਅਗਲੀ ਪੰਕਤੀ ਵਿੱਚੋਂ ਲਿਖਦਾ ਵੀ ਕੋਈ ਲੋੜ ਨਹੀਂ ਹੈ ਪੁੱਤਰ ਨੂੰ ਜਨਮ ਦੇਣ ਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਹਨਾਂ ਦਾ ਜਨਮ ਪਟਨਾ ਸ਼ਹਿਰ ਦੀ ਧਰਤੀ ਦੇ ਉੱਤੇ ਹੋਇਆ ਹਜ਼ੂਰ, ਅਤੇ ਇਹ 3 ਸਤਰਾਂ ਜਿਹੜੀਆਂ ਨੇ ਕੀ ਢੁੱਕਦੀਆਂ ਨੇ, ਦਿਲ ਵਿੱਚ ਸੋਚ ਕੇ ਵਿਚਾਰ ਕੇ ਆਪ ਜੀ ਦੇ ਹਿਰਦੇ ਵਿੱਚ ਇਹ ਗੱਲ ਵਸਾਇਓ, ਗੁਰੂ ਕੀ ਸੰਗਤ। ਹਿੰਦੁਸਤਾਨ ਦਾ ਫਿਲਾਸਫਰ ਗੁਰਸਾਈਂ ਤੁਲਸੀਦਾਸ ਕਹਿੰਦਾ, ਪਹਿਲੀ ਸਟੇਜ ਭਗਤੀ ਦੀ ਹੈ, ਦੂਜੀ ਸਟੇਜ ਸੂਰਮਾ ਹੋਣ ਦੀ ਹੈ, ਤੀਜੀ ਸਟੇਜ ਦਾਨੀਆਂ ਦੀ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੀ ਸਰਕਾਰ ਦੀ ਜੇ ਭਗਤੀ ਦੀ ਗੱਲ ਆਈ, 88,000 ਵਰਸ ਹੇਮਕੁੰਡ ਦੇ ਪਰਬਤ 'ਤੇ ਗੁਜ਼ਾਰ ਦਿੱਤੇ, ਭਗਤੀ ਦੀ ਸਿਖਰ ਛੋਹ ਦਿੱਤੀ। ਅਤੇ ਜੇ ਸੂਰਮਾ ਹੋਣ ਦੀ ਗੱਲ ਆਈ, 1 ਨਹੀਂ 2 ਨਹੀਂ 4 ਨਹੀਂ ਬਾਜਾਂ ਵਾਲੇ ਸਤਿਗੁਰੂ ਨੇ 14 ਧਰਮ ਯੁੱਧ ਲੜੇ, ਜਿਹਦੇ ਵਿੱਚ ਜਿੱਤ ਪ੍ਰਾਪਤ ਕੀਤੀ, ਸੂਰਮਤਾਈ ਦੀ ਹੱਦ ਮੁਕਾ ਦਿੱਤੀ। ਤੀਜੀ ਸਟੇਜ ਉਹ ਦਾਨੀਆਂ ਦੀ ਕਹਿੰਦਾ, ਓਏ ਦੁਨੀਆਂ ਨੇ ਬੜੇ ਬੜੇ ਦਾਨ ਕੀਤੇ, ਦੁਨੀਆਂ ਨੇ ਰਾਜ ਅਤੇ ਭਾਗ ਦਾਨ ਕਰ ਦਿੱਤੇ, ਦੁਨੀਆਂ ਨੇ ਜ਼ਮੀਨਾਂ ਦਾਨ ਕੀਤੀਆਂ, ਦੁਨੀਆਂ ਨੇ ਸੋਨੇ ਦੇ ਕਲਸ ਦਾਨ ਕੀਤੇ, ਪਰ ਬਾਜਾਂ ਵਾਲੇ ਸਤਿਗੁਰੂ ਨੇ ਇਸ ਹਿੰਦੁਸਤਾਨ ਦੇ ਬਦਲੇ ਆਪਣਾ ਸਰਵੰਸ ਦਾਨ ਕਰ ਦਿੱਤਾ, ਦਾਨੀਆਂ ਦੀ ਹੱਦ ਮੁਕਾ ਦਿੱਤੀ। ਮਹਾਬਲੀ ਕੁਰਬਾਨੀ ਦੇ ਮਹਾਸਾਗਰ, ਤੂੰ ਲਹਿਰ ਲਹਿਰ ਜ਼ਮਾਨੇ ਨੂੰ ਵੰਡ ਦਿੱਤੀ। ਓ ਦਿਲ ਕਿਸੇ ਪਾਸੇ, ਜਿਗਰ ਕਿਸੇ ਪਾਸੇ, ਭਰੀ ਝੋਲੀ ਤੂੰ ਪੁੱਤਾਂ ਦੀ ਛੰਡ ਦਿੱਤੀ। ਮੱਥੇ ਸ਼ਮਾ ਨੇ ਵੱਤ ਨਾ ਮੂਲ ਪਾਏ, ਭਾਵੇਂ ਆਸ਼ਕਾਂ ਸ਼ਮਾ ਨੂੰ ਕੰਢ ਦਿੱਤੀ। ਤੇਰੇ ਵਰਗਾ ਕੌਣ ਬਖਸ਼ੰਤ ਦਾਤਾ, ਅਸੀਂ ਤੋੜ ਦਿੱਤੀ ਤੇ ਤੂੰ ਵੰਡ ਦਿੱਤੀ। ਬੇਸ਼ੱਕ ਚੰਨ ਨੂੰ ਛੱਡ ਚਕੌਰ ਤੁਰ ਗਏ, ਬਿਜਲੀ ਟੁੱਟ ਕੇ ਪਈ ਮਹਤਾਬ ਉੱਤੇ, ਫੇਰ ਵੀ ਚੰਨਾ ਤੂੰ ਸਿੱਖਾਂ ਦੀ ਭਾਲ ਅੰਦਰ ਪਾਉਂਦਾ ਰਿਹਾ ਖਦਰਾਣੇ ਦੀ ਢਾਬ ਉੱਤੇ। ਤੇਰੇ ਵਰਗਾ ਸੂਰਮਾ ਕੋਈ ਨਹੀਂ, ਤੇਰੇ ਵਰਗਾ ਦਾਨੀ ਕੋਈ ਨਹੀਂ, ਤੇਰੇ ਵਰਗਾ ਭਗਤ ਕੋਈ ਨਹੀਂ। ਬਾਜਾਂ ਵਾਲੇ ਸਤਿਗੁਰ ਦੇ ਚਰਨਾਂ ਦੇ ਵਿੱਚ ਢਾਡੀ ਜਥਾ ਇਉਂ ਨਮਸਕਾਰ ਕਰਦਾ ਹੈ। ਜਵਾਨੀ
ਜ਼ਿਆਦਾ ਦਾਨੀ ਸ਼ਹੀਦ ਕਰਵਾਇਆ ਕਸ਼ਮੀਰ।
ਜਾਨੀ ਨਾ ਕੋਈ ਦੁਨੀਆ ਤੇ ਹੋਇਆ ਐਸਾ ਪੁੱਤਰਾਂ ਦਾ ਦਾਨੀ ਨਾ ਕੋਈ ਦੁਨੀਆ ਤੇ ਹੋਇਆ ਨਾ ਕੋਈ